ਮੈਨੂੰ ਇੱਕ ਉਹ ਗਾਣਾ ਬੜਾ ਵਧੀਆ ਲੱਗਦਾ ਨਾ, ਗਾਣਾ ਹੈਗਾ ਆ ਇਹ, ਮੈਂ ਗਾ ਕੇ ਸੁਣਨਾ। ਜੇ ਆਵਾਜ਼ ਵਧੀਆ ਵੈ ਜੇ ਆਵਾਜ਼ ਵਧੀਆ ਲੱਗੂਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਨਾਮ ਵਧੀਆ ਲੱਗੂ ਫਿਰ ਇਗਨੋਰ ਮਾਰਦੇ, ਹੋਰ ਕੀ ਹੈ, ਬਸ ਬੈਡ ਕਮੈਂਟ ਨਾ ਕਰਿਓ। ਹੋਏ ਅੰਬਰਸਰ ਦਾ ਗੇੜਾ ਵੱਜਦਾ ਖਾਸ ਵਜਾ ਕਰਕੇ, ਸੋਚੀ ਨਾ ਕਿ ਤੇਰੀ ਸੂਰਤ ਵੇਖਣ ਆਉਣੇ ਆ। ਹੋ ਇੱਕ ਖਿੱਚ ਹੁੰਦੀ ਮੈਨੂੰ ਮੇਰੇ ਯਾਰਾਂ ਦੀ, ਤੇ ਦੂਜਾ ਖਾਲਸਾ ਕਾਲਜ ਮੱਥਾ ਟੇਕਣ ਆਉਣੇ ਆ। ਅਤੇ ਦੱਸੇ ਕਮੈਂਟ ਕਰਕੇ ਕਿਵੇਂ ਲੱਗੀ ਆਵਾਜ਼, ਫਸਟ ਟਾਈਮ ਟਰਾਈ ਕੀਤਾ ਹੈ। ਵੀ ਰੋਟੀ ਖਾ ਲਈ ਹੈ ਅਤੇ ਟਾਈਮ ਹੋ ਗਿਆ ਕਾਫੀ ਜ਼ਿਆਦਾ। ਮੈਂ ਜਾਣ ਡਿਆ ਲੈਣ ਕੁੜਤੇ ਪਜਾਮੇ, ਉਹਨਾਂ ਨੂੰ ਮੈਂ 7 ਵਜੇ ਕਿਹਾ ਤੇ ਵੱਜਣ 10 ਡੇ ਜੀ। ਪਾਲੋ ਕੱਪੜੇ ਲਿਆਂਦੇ, ਲਿਆਂਦਾ ਸੂਟ ਕੁੜਤਾ ਪਜਾਮਾ ਸਪਾਰੀ ਸੂਟ। ਲੈ ਵੀ ਕੁੜਤਾ ਪਜਾਮਾ ਵੇਖ ਲਓ ਪ੍ਰੈਸ ਹੋ ਗਿਆ, ਬਾਹਰੋਂ ਇਹ ਵਧੀਆ ਹੁੰਦਾ ਵਾ, ਘਰੇ ਹੈ ਨਹੀਂ, ਇੱਦਾਂ ਦੀ ਗੱਲ ਹੀ ਨਹੀਂ ਬਣਦੀ ਵੇਖ ਲਓ, ਕਿੰਨਾ ਘੈਂਟ ਕੀਤਾ ਹੈ। ਹੁਣ ਇਹ ਪਾ ਕੇ ਮਿਲਦੇ ਹਾਂ ਤੁਹਾਨੂੰ, ਠੀਕੂ। ਹਾਂਜੀ ਅਤੇ ਅਸਰ ਹੋ ਗਏ ਹਾਂ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਅੱਜ ਦਿਨ ਵਲੋਗ ਦੇ ਵਿੱਚ। ਅਤੇ ਅੱਜ ਚੱਲੇ ਹਾਂ, ਥੋੜ੍ਹਾ ਜਿਹਾ ਕੰਮ ਸੀਗਾ ਅਤੇ ਉੱਧਰ ਚੱਲੇ ਹਾਂ ਆਪਾਂ ਪੂਰੀ ਫੈਮਿਲੀ, ਅਤੇ ਵਲੋਗ ਤਾਂ ਨਹੀਂ ਉੱਥੇ ਬਣਾਉਣਾ ਕਿਉਂਕਿ ਕੁਝ ਸਮਾਂ ਹੀ ਉਵੇਂ ਦਾ। ਅਤੇ ਬਾਕੀ ਮੈਂ ਚੱਲ ਲੁਕੋ ਖਾਧੀ ਤੁਹਾਨੂੰ, ਮੈਂ ਤਾਂ ਰੈਡੀ ਹੋ ਗਿਆ ਹਾਂ। ਸੰਦੀਪ ਨੇ ਬਲੈਕ ਸੂਟ ਪਾ ਲਿਆ, ਉੱਧਰ ਮੰਮੀ ਨੇ ਚਿੱਟਾ ਸੂਟ ਪਾ ਲਿਆ ਨਵਾਂ ਵਾਈਟ। ਮੇਰੇ ਤੋਂ ਸਾਰਾ ਪ੍ਰੈਸ ਕੀਤਾ ਸੀ, ਆਹ ਬਹਿਣ ਲੱਗੇ ਬਸ ਵੱਟ ਪੈ ਗਏ ਜੀ। ਇਹ ਕੱਪੜਾ ਹੈ ਇੱਦਾਂ ਦਾ ਆ, ਅਤੇ ਨਾਲ ਸਾਡੇ ਜਾਣਗੇ ਮਾਮੀ ਜੀ, ਅਤੇ ਜਿੰਨਾ ਘਰੇ ਮੇਰਾ ਜਨਮ ਹੋਇਆ ਮਾਸੀ ਜੀ ਜਾਣਗੇ, ਅਤੇ ਮੈਂ ਬਟਾਲੇ ਅਲੀਵਾਰ ਰੋਡ ਤੋਂ ਉਹ ਜਾਣਗੇ ਨਾਲ, ਅਤੇ ਡੈਡੀ ਹੋਣੀ ਤਿਆਰ ਹੋਣ ਡੇ ਉੱਧਰ, ਸਪਾਰੀ ਸੂਟ ਸੂਟ ਪਾਇਆ ਸੋਹਣੇ ਲੱਗਣ ਡੇ। ਲੈ ਵੀ ਹਰਗੋਂ ਸਾਡੀ ਤਿਆਰ ਹੋ ਗਈ, ਚਲੋ ਜੀ ਚਾ ਚਾਚੀ ਕਿਆ ਕਰਦਾ ਸਾਰਿਆਂ ਨੂੰ ਚਾਚੀ ਆ, ਇੰਨੀ ਕਾਹਲੀ ਦੇ ਵਿੱਚ ਕੋ ਬੋਲਦੀ ਹੈ, ਰਮਾਨ ਨਾਲ ਬੋਲੀ ਨਹੀਂ ਹੁੰਦਾ। ਡੈਡੀ ਵੀ ਹੋ ਗਏ ਤਿਆਰ, ਕਿਆ ਤਵਾਰੀ ਵੱਖਰੀ ਹੈ ਹੈਂ ਦਾਦਾ ਦਾਦਾ। ਹਾਂ ਜੁੰਡੀਆਂ ਵਾਕੇ ਫਰਕ ਹੀ ਆ ਵੀ, ਇੱਕ ਮਗਰੇ ਅਤੇ ਇੱਕ ਅੱਗੇ ਆ ਕਿ ਨਹੀਂ, ਡਿੱਗ ਨਾ ਭਾਈ ਭੱਜੀ ਫਿਰਦੀ। ਇਹ ਤਾਂ ਟਾਈਮ ਬੜਾ ਲਾਉਂਦਾ ਡੈਡੀ, ਬੂਟ ਤੇ ਪਾਲਾ ਭਰਾਵਾ, ਬੂਟ ਤੇ ਪਾਉਣ ਨਹੀਂ ਡਾਉ ਦਿੰਦਾ ਵੇ, ਟੈਲੀ ਜਾਣ ਡੇ ਕਦੀ ਆਇਆ ਨੂੰ ਕਦੀ ਆਇਆ ਨੂੰ। ਲੈ ਮਗਰ ਕਮੀਜ਼ ਵੇ, ਕਮੀਜ਼ ਨਹੀਂ ਸਹੀ ਹੈਗੀ ਮਗਰ ਲੈ ਰਿਹਾ। ਫਿਰ ਡੈਡੀ ਨੇ ਜਿਹੜੀ ਚੁੱਕ ਕੇ ਮਾਰੀ ਬੋਤਲ, ਉਹ ਕਿੰਨੇ ਕਿੰਨੇ ਵਲੋਗ ਖਾਏ, ਕਿੰਨੇ ਕਿੰਨੇ ਵਧੀਆ ਲੱਗਾ। ਅੱਜ ਫਿਰ ਕੱਲ੍ਹ ਪਾਉਂਦੇ ਡੈਡੀ ਥੋੜ੍ਹਾ ਜਿਹਾ। ਹਾਂ ਆਹ ਛਿੱਟੇ ਪਾ ਲਿਆ ਜੀ, ਆਹ ਕੀਤਾ ਨੇਕ ਕਿੱਦਾਂ। ਡੈਡੀ ਕਹਿੰਦੇ ਛਿੱਤਰ ਨਾ ਪੈਣੀ ਹੈਂ, ਬਸ ਸਹੀ ਗੱਲ ਜੀ। ਹਾਂ ਕੀ ਗੱਲ ਫਾਫੇ 'ਚ ਕਿੱਥੇ ਉਹ ਰਹਿਣ ਦੇ ਭਰਾ, ਐਵੇਂ ਕਿਸੇ ਨੂੰ ਦੇਣੇ ਦੇਣਾ ਇੱਥੇ ਰਹਿਣ ਦੇ ਪਿਆ, ਬਸ ਉਹ ਨਹੀਂ ਇਹਨੂੰ ਨਹੀਂ ਖੜਨਾ ਕਿਸੇ ਬੰਨੇ, ਬਸ ਇਹਨੂੰ ਰਹਿਣ ਦੇ। ਉੱਥੇ ਉੱਥੇ ਸਬਜ਼ੀਆਂ ਵੰਡਦਾ ਚੰਗਾ ਲੱਗਦਾ ਡੈਡੀ ਦੱਸ, ਮੂੰਹ ਤਾਂ ਚੁੱਕ ਤੁਰਨ ਡੇ ਵੀ ਡਿੱਗਣਾ ਪਏ ਕਦੇ। ਉਹ ਚਾ ਚਾਚੀ ਕੀ ਕਰ ਚਾਚਿਆ, ਆਹ ਦੋ ਕੱਦੂ ਲਈ ਫਿਰਨ ਡਿਆ ਬਾਬੇ, ਭੜਕਾਉਂਦਾ ਫਿਰਨ ਡਿਆ ਐਵੇਂ।
ਇਹਨਾਂ ਨੂੰ ਕਰਨਾ ਜਾਂ ਖਰਾਬ ਅਤੇ ਸੜੇ ਫੂਕੇ ਕਿੱਥੋਂ ਲੈ ਆਉਂਦੇ ਚੁੱਕ ਕੇ। ਦਰਵਾਜ਼ਾ ਕਰ ਦਿਓ ਬੰਦ, ਦਰਵਾਜ਼ਾ ਕਰ ਦਿਓ। ਮੰਮੀ ਉੱਥੇ ਕਹਿਣ ਡੇ ਸਬਜ਼ੀਆਂ ਵੰਡਣੀਆਂ, ਪਤਾ ਨਹੀਂ ਕਿੱਥੇ ਕਹਿਣ ਡੇ ਸਬਜ਼ੀਆਂ ਵੰਡਣੀਆਂ। ਆਹੋ ਉਹ ਕਿਉਂ ਵੰਡਣੀਆਂ ਉੱਥੇ? ਦੋ ਕੱਦੂ ਉਹ ਤਾਂ ਐਵੇਂ ਲਈ ਫਿੰਡੇ ਚੁੱਕ ਕੇ, ਆਹ ਗੱਡੇ ਗੁਲਗੁਲੇ ਪਾਉਣ ਡਿਆ ਹੈਗੇ, ਗੱਡੇ ਗੁਲਗੁਲੇ ਪਾਉਣ ਡਿਆ ਸੀ, ਗਿਣ ਗਿਣ ਪਾਏ ਐਵੇਂ ਕਿ ਦੱਸ। ਆਪ ਤਾਂ ਕੁੱਟ ਖਾਣੀ ਨਾਲ ਮੈਨੂੰ ਵੀ ਪਵਾ ਦੇਣੀ ਵੇਖੀ ਆਪਣੀਆਂ ਸਾਰੀਆਂ ਵਾਸਤੇ। ਅੱਛਾ ਅੱਛਾ, ਉਹਨਾਂ ਨੂੰ ਦੋ ਦੋ ਕਰੇਲੇ ਅਸੀਂ ਕਰਨੇ ਯਾ ਲਿਆ ਯਾਰਾ। ਜਾ ਦਾਦਾ ਦੇ ਜਾਓ ਗੱਡੀ ਚ ਸੈਂਟਰ ਇਹਦੇ, ਨਹੀਂ ਗਾਲਾਂ ਪਈਆਂ ਲਿਆ ਮੈਨੂੰ ਫੜਾ। ਕੋਈ ਜ਼ਿਆਦਾ ਡੈਡੀ ਨੂੰ ਧਿਆਕੜਾ ਲੱਗਦਾ। ਡੈਡੀ ਦੇ ਮਗਰ ਪਈ ਕਦ ਹੁੰਦੀ ਫੇਰ ਤੇ ਮੰਮੀ ਜੀ ਮੈਂ ਕਹਿਣ ਡਿਆ ਵਾ ਰਹਿਣ ਤਾਂ ਉੱਥੇ ਮੁੱਲ ਲੈ ਲਾਂਗਾ ਪਾਣੀ ਦੀ ਬੋਤਲ। ਨੀ ਮੁੱਲ ਲੈ ਲਾਂਗਾ ਰਹਿਣ ਦੇ ਤੂੰ ਗਾ ਜਾ ਯਾਰ। ਡੈਡੀ ਲੋਕੀ ਬੜੇ ਲੋਕੀ ਬੜੇ ਖੁਸ਼ ਹੁੰਦੇ ਜੀ, ਕਹਿੰਦੇ ਵੀ ਤੇਰਾ ਡੈਡੀ ਵਾਹ ਮਜ਼ਾਕ ਕਰਦਾ ਹੈ ਡੈਡੀ ਕਰਦਾ ਉੱਥੇ ਡੈਡੀ ਫੋਟੂ ਜਾ ਤੁਸੀਂ ਪਾ ਲਓ ਕਹਿੰਦੀ ਮੈਂ ਇਹ ਚ ਰਹਿਣ ਦੇਣੀ ਪਈ ਜੀ। ਚੱਲ ਚੱਲੀ ਗਈ ਯਾਰ ਚਲੋ ਆ ਵੇਲਾ ਕੰਮ ਆ ਗਿਆ ਕਿ ਨਹੀਂ। ਸੌ ਦਾ ਲਿਆਂਦਾ ਡੈਡੀ ਜੀ ਅਨੰਦਪੁਰੋਂ, ਚੰਗਾ ਨਾ ਪਰਸ ਦਸਾਂ ਦਾ ਹੀ ਹੈਗਾ, ਦਸਾਂ ਦਾ ਆਹ ਅੱਲਾਂ ਜਿਹੜੀਆਂ ਇਹ ਰੁਪਈਏ ਦੀਆਂ ਨਹੀਂ ਹੈਗੀਆਂ ਮੈਂ ਚੁੱਕੀ ਫਿੰਡੇ ਆਪਣੀ ਚੀਜ਼ ਆਪਣੀ ਬਗਾਨਿਆਂ ਦੀ ਚੀਜ਼ ਵੇ ਉਹ ਕਹਿੰਦੇ ਐਂ ਸਾਰੇ 100 ਰੁਪਏ ਤਾਂ ਮਹਿੰਗਾ ਲੈਂਦਾ। ਨਹੀਂ ਨਹੀਂ ਚਲੋ ਆਓ ਚਲੀਏ, ਚੱਲ ਚਲਾ ਚਲਾ ਆਓ ਚਲੀ ਉਹਨੂੰ ਕਰਤਾ ਉਹਨੂੰ ਸਿੱਧਾ ਕਰੋ ਟੁੱਟ ਜਾਣਾ ਉਹ ਇਹ ਨਾ ਕੀ ਐਵੇਂ ਫੀਲਿੰਗ ਜਿਹੀ ਲੈਣ ਡਿਆ ਡੈਡੀ ਧੁੱਪ ਧੱਪ ਤੇ ਰੁਕੀ ਨੀ ਕੋਈ, ਥੋੜਾ ਫਰਕ ਪੈਂਦਾ 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 ਸਹੀ ਗੱਲ ਇਹਨੂੰ ਤਾਂ ਕਰਦੇ ਸੀ ਇਹਨੂੰ ਮੇਰੇ ਕੱਪੜੇ ਵੀ ਇਹਨੇ ਲਪੇੜਤੇ ਸਬਜ਼ੀ ਦੇ ਨਾਲ ਤੇ ਆਪਣੇ ਵੀ ਲਪੇੜਦੇ ਮੰਮੀ ਚੇਂਜ ਕਰਨ ਡਈ ਇਹਦੇ ਕੱਪੜੇ। ਹਾਂ ਗੁਰਦੁਆਰਾ ਸਾਹਿਬ ਵੇਖੋ ਕਿੰਨਾ ਡਾ ਵਧੀਆ ਬਣਿਆ ਹੋਇਆ, ਪਹਿਲੀਆਂ 'ਚ ਬੰਨ ਦਿੰਦੀ ਆ ਸੀ ਜਾਲੀ ਜੀ ਹੈ ਨਾ, ਟੈਲਾਂ ਵੀ ਕਿੰਨੀਆਂ ਪੁਰਾਣੀਆਂ ਸੋਹਣੇ ਆ ਪਰ ਬਹੁਤ ਸੋਹਣਾ ਲੱਗਣਾ ਮੈਨੂੰ ਬਹੁਤ ਵਧੀਆ ਲੱਗਾ। ਬੈਠੋ 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 ਸੇਕ ਪੂਰਾ ਕਿ ਨਹੀਂ ਕੜਕ ਵੱਜਣ ਡਿਆ ਸੇਕ ਪੂਰਾ ਪੰਪ ਤੇ ਰੁਕੇ ਆ ਤੇਲ ਪਾਉਣ ਡੇ ਯਾਰ ਹੈ ਨਹੀਂ ਯਾਰ ਡੈਡੀ ਮੇਰੇ ਨੂੰ ਨੀ ਕੋਈ ਪਤਾ ਭਾ ਉਹ ਭਰਾ ਫੜਾ ਦੇ ਯਾਰ ਜੇ ਹੁਣ ਮਾੜੇ ਪਏ ਉਹ ਮੈਂ ਰੱਖ ਲੈਣੇ ਫੇਰ ਹੋਰ ਪਾਉਣੇ ਐਵੇਂ ਰਹਿਣ ਦੇ ਪਾਉਂ ਤੇ ਡਿਆ ਵਾ ਯਾਰ ਐਵੇਂ ਡਿਆ ਗੋਲੀ ਵੱਜਦੀ ਤੂੰ ਐਵੇਂ ਤੜਫੀ ਜਾਂਦਾ।
ਹਾਂਜੀ ਲੈ ਸਵਾ ਕਿਲੋ ਉਹ ਨਹੀਂ ਯਾਰ ਉਹ ਭਾਪੀ ਨੂੰ ਕੰਢ ਮਾਰ ਦੇ 6-7 ਕੰਢਾਂ ਮਾਰ ਦੇ ਉਹ ਨਹੀਂ ਠੀਕ ਹੈ ਯਾਰ ਜੀ ਭਰਾਵਾ ਠੀਕ ਆ ਲੈ ਐਵੇਂ ਐਵੇਂ ਕੰਢ ਇਹ ਬੜਾ ਸਤਾ ਦਿੰਦਾ ਜੀ ਭਰਾਵਾ ਆਹੋ ਬਹੁਤ ਜ਼ਿਆਦਾ ਸਹੀ ਗੱਲ ਜਿੱਡਾ ਕੱਬਾ ਆ ਪਾਪਾ ਹੱਸਣ ਡੇ ਹੈਗੇ ਇਹਨਾਂ ਡੈਡੀ ਨਾਲ ਤੇ ਮਹਾਰਾ ਹਾਂ ਇਹ ਤਾਂ ਗੱਲ ਹੈਗੀ ਜੀ ਹੋਰ ਕੋਈ ਲੈਣਾ ਡੈਡੀ ਕੋਈ ਡੈਡੀ ਨੂੰ ਮੰਮੀ ਨੂੰ ਪੈਸੇ ਮਿਲੇ ਮੰਮੀ ਨੂੰ ਭਾਲੀ ਪੈਸੀ ਮੰਮੀ ਕਿਸੇ ਥਾਂ ਲੈ ਚਲੇ ਗਏ ਪਹੁੰਚ ਗਏ ਘਰੇ ਆਪਾਂ ਆਜੋ 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 ਇਹ ਕੀ ਆਉਂਦੀ ਹੁਣ ਗਰਮੀ ਇੰਨੀ ਇੱਧਰ ਨੂੰ ਆਜਾ ਚੱਲ ਲੈ ਪੈਰ ਤਾਂ ਨਹੀਂ ਸਾਂਡੇ ਕਿਤੇ ਉਹਦੇ ਤਰਾਉਣ ਡੇ ਜੇ ਹੈਂ ਲੈ ਚੱਲ ਆਜੋ 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 ਹਾਂਜੀ ਹਾਂਜੀ ਬਟਨ ਤਾਂ ਬੜੇ ਖੁੱਲ੍ਹੇ ਤੇ ਰਾਸ਼ਨ ਜ਼ਿਆਦਾ ਖਾ ਲਿਆਂਦਾ ਇਹਨੇ ਚਲੋ 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 ਇਹ ਕੁੜੀ ਨੇ ਬੜਾ ਸਤਾਇਆ ਜਾਂ ਦਾਦੇ ਨੇ ਮਗਰ ਪੈ ਬਹੁ ਜਾਂ ਦਾਦਾ ਤਾਂ ਵਿਹਲਾ ਹੈ ਨਾਲ ਖੜੀ ਪਾਣੀ ਤਾਂ ਪੀਤਾ ਨੀ ਕਿੰਨੇ ਕਰੰਟ ਮਾਰੇ ਅੰਬ ਨੇ ਅੱਜ ਲੱਗੇ ਨਵੇਂ ਕਰਨ ਲੱਗੇ ਮੈਂ ਡੈਡੀ ਅੰਬ ਨੀ ਖਾਣਾ ਹੈ ਤੇ ਧੋ ਕੇ ਮੈਂ ਖਾਣ ਡਿਆ ਤੁਸੀਂ ਖਾ ਲਿਆ ਵਾ ਬੜੇ ਚਲਾਕ ਜੇ ਖਾ ਲਿਆ ਨਾ ਦਾਦਾ ਦੇ ਦੋ ਦਾਦਾ ਮੰਮੀ ਕੋਲ ਲੈ ਆਈ ਖੋ ਕੇ ਉਹ ਦਾਦਾ ਵਾਲਾ ਝੂਠਾ ਕਰੀ ਜਾਂਦੀ ਬੜੀ ਢੀਠੀ ਹੋਏ ਦਾਦਾ ਦੋ ਵਾਲੋ ਦਾਦਾ ਦੋ ਵਾਲੋ ਆਹ ਦੇ ਨਾ ਦਾਦਾ ਦਾਦਾ ਦੋ ਖਾ ਲਓ ਦਾਦਾ ਖਾ ਲਓ ਖਾ ਲਓ ਖਾ ਲਓ ਖਾ ਲਓ ਦਾਦੀ ਕੋਲੋਂ ਖੋ ਕੇ ਖਾਣ ਡੇ ਜੀ ਦੱਸ ਛਿੱਲੜ ਖਾਣ ਡਈ ਹਾਏ ਹਾਏ ਫੜੀ ਫੜੀ ਓਏ ਫੜੀ ਓ ਫੜੀ ਓ ਫੜੀ ਫੜੀ ਓ ਫੜੀ ਜਰਾ ਫੜੀ ਜਰਾ ਕਿੱਦਾਂ ਨੀ ਚਲ ਗਿਆ ਲੈ ਗਿਆ ਕਾਂ ਲੈ ਗਿਆ ਕਾਂ ਲੈ ਗਿਆ ਕਾਂ ਲੈ ਗਿਆ ਕਾਂ ਲੈ ਗਿਆ ਕਿ ਕਾਂ ਲੈ ਗਿਆ ਬੜੀ ਡਰਦੀ ਓ ਕੀ ਹੋਇਆ ਮੰਮੀ ਜਲਦੀ ਕਰੋ ਮਿੰਟ ਮਿੰਟ ਚਾਹ ਚੂ ਬਣਾਓ ਲੈ ਵੀ ਚਾਹ ਤਾਂ ਸੁੱਜੀ ਨੀ ਮੈਂ ਮਿੰਟ ਮਿੰਟ ਕਰੋ ਕੱਪੜੇ ਕੁਪੜੇ ਪਾ ਲਓ ਨਾਈਟ ਸੂਟ ਇੰਨਾ ਪਾਏ ਮਿੰਟ ਮਿੰਟ ਮੈਂ ਵੀ ਰਮਾਨ ਘਰੇ ਆ ਗਏ ਚੈਨ ਨਾ ਪੈਂਦੇ ਮਿੰਟ ਮਿੰਟ ਹੀ ਮੈਂ ਵੀ ਉਹ ਫਿਰ ਆਪਣੇ ਗੈਸਟ ਆ ਗਏ ਮੈਂ ਇਹ ਨੀ ਕਹਿ ਰਿਹਾ ਵੀ ਹਾਂ ਵੀ ਹੁਣ ਆਪਾਂ ਉਹਨਾਂ ਦਾ ਵੈਲਕਮ ਨਹੀਂ ਕਰਨਾ ਜੇ ਕਿੱਦਾਂ ਹੈ ਮੈਂ ਵੈਸੇ ਹੀ ਗੱਲ ਕਰਨੀ ਵੀ ਆਪਾਂ ਫ੍ਰੀ ਹੋ ਕੇ ਬੈਠ ਗਏ ਅਤੇ ਪਹਿਲੀ ਵਾਰੀ ਕਿਸੇ ਨੇ ਮਿਲਣਾ ਵੀ ਮੈਂ ਚਲੋ ਡਰੈਸ ਜਿਹੜੀ ਉਹ ਚੇਂਜ ਕਰਨੀ ਚੰਗੀ ਹੈ ਬਾਕੀ ਤੁਹਾਨੂੰ ਭਾ ਗਿਆ ਭਾਅ ਜੀ ਆਉਣ ਡੇ ਇਹਦੇ ਕਹਿੰਦੇ ਕਿੱਦਾਂ ਅਸੀਂ ਭੱਜਣ ਸੀ ਬਾਈ ਕੁੜੀ ਮੇਰੀ ਡਰ ਗਈ ਲੈ ਵੀ ਰੋਣ ਡਿਆ ਵੀ ਕਹਿੰਦੀ ਹਾਏ ਕੀ ਹੋ ਗਿਆ ਕਹਿੰਦੇ ਨੇ ਵਿਚਾਰੇ ਵੀ ਤੁਹਾਡਾ ਤਾਂ ਘਰ ਹੀ ਨਹੀਂ ਲੱਭਦਾ ਤੇ ਬੜੇ ਚਿਰ ਦੇ ਡੈਡੀ ਨੇ ਕਿਹਾ ਹਸਨੀ ਦੇ ਪੁੱਲ ਤੇ ਆਏ ਤੇ ਵਿਚਾਰੇ ਘਰ ਹੀ ਲੱਭਦੇ ਰਹੇ ਘਰ ਨਹੀਂ ਲੱਭਦਾ ਇਹਨਾਂ ਹੈਂ
ਚੱਲ ਕੋਈ ਨਾ, ਦੇਰ ਆਏ ਦੁਰਸਤ ਆਏ, ਉਹ ਹਿਸਾਬ ਹੋ ਗਿਆ ਹੁਣ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਬੱਸ ਸਟੈਂਡ ਛੱਡ ਆਇਆ, ਉਹਨਾਂ ਨੇ ਫਿਰ ਜਾਣਾ ਸੀਗਾ ਪਿੰਡ ਡੱਲੇ, ਤੇ ਦੇਹਰਾਦੂਨ ਤੋਂ ਆਏ ਸੀਗੇ ਮਿਲਣ ਵਾਸਤੇ, ਉਹਨਾਂ ਨੇ ਪਿੰਡ ਡੱਲੇ ਉਹਨਾਂ ਦੀ ਰਿਸ਼ਤੇਦਾਰੀ ਆ, ਹੁਣ ਉਹਨਾਂ ਨੇ ਉੱਧਰ ਜਾਣਾ ਆ। ਹੋਰ ਛੱਡਿਆ, ਮੇਰੀ ਗੱਡੀ ਦੇ ਅੱਗੇ ਨਾ ਇੱਕ ਬੰਦਾ ਡਿੱਗ ਪਿਆ ਮੋਟਰਸਾਈਕਲ ਚਲਾਉਂਦਾ, ਆਪੇ ਡਿੱਗ ਪਿਆ ਆਪੇ, ਇੰਨਾ ਸ਼ੁਕਰ ਮੇਰੀ ਗੱਡੀ ਦਾ ਨਹੀਂ ਤਾਂ ਨਾਂ ਲੱਗ ਜਾਣਾ ਵੀ ਇਹਨੇ ਮਾਰਤੀ। ਉਹ ਪਿੱਛੇ ਪਿੱਛੇ ਪੱਧਰੇ ਡਿੱਗ ਪਿਆ ਕੇ, ਮਤਲਬ ਇੰਨੀ ਕੁ ਦੂਰ ਡਿੱਗ ਪਿਆ ਜਿੱਦਾਂ ਆਪਣਾ ਗੇਟ ਨਹੀਂ ਇੱਥੋਂ, ਮਤਲਬ ਦੋ ਕੁ ਲੰਘਾਂ ਜਾਂਦਿਆਂ ਜਾਂਦਾ, ਦੋ ਕੁ ਲੰਘਾਂ ਪਹਿਲਾਂ ਆਪਾਂ ਅੱਗੇ ਡਿੱਗ ਪਿਆ। ਮੁੜ ਕੇ ਫਿਰ ਆਪਾਂ ਇੱਕ ਜਣਾ ਕਹਿੰਦਾ ਕੀ ਗੱਲ ਹੋਈ, ਮੈਂ ਕਿਹਾ ਪਤਾ ਨਹੀਂ, ਮੈਨੂੰ ਤਾਂ ਆਪ ਨਹੀਂ ਲੱਗਦਾ, ਪੈਗ ਪੁੱਗ ਲੱਗਾ ਸੀ, ਡਿੱਗ ਪਿਆ ਉੱਥੇ ਬੱਸ ਸਟੈਂਡ ਛੱਡ। ਹਾਂਜੀ, ਸਾਡੇ ਨਾ ਆਪਣਾ ਰਿਸ਼ਤੇਦਾਰ ਪਰਾਹੁਣੇ ਵਹਿੰਦੇ ਹੋਣੇ ਆ, ਪਹਿਲਾਂ ਆਹ ਹੱਥ ਵਿੱਚ ਜੀ ਫਰਿੱਜ ਕੀ ਫਰਿੱਜ ਦੇ ਇਹ ਐਂ ਕਰਦੀ ਨਾ, ਆਪ ਵਿੱਚ ਵੜਨਾ ਹੁੰਦਾ ਹਨਾ, ਲਿਆ ਜਾਣਾ ਕੁੜੀਏ ਤੈਨੂੰ ਕੋਈ ਕੰਮ ਨੀ, ਵੱਡੇ ਵੱਡੇ ਕਿੱਦਾਂ ਨੱਚਣਾ, ਕਿੱਦਾਂ ਨੱਚਣਾ ਮੰਮੀ ਨੇ ਵਲੋਗ ਵੇਖਣੇ ਤੇ ਬੋਤਲ ਮਾਰੀ ਡੈਡੀ ਨੇ ਚੁੱਕ ਕੇ। ਹਾਂਜੀ, ਹੈ ਨਾ ਪੁੱਤ ਕਿਹਦਾ ਵਾ, ਆ ਮੇਰੇ ਪੁੱਤ ਨੇ ਗੁੱਟਾਂ ਖੋਲੀਆਂ ਆਪਣੀਆਂ ਗੁੱਟਾਂ ਖੋਲੀਆਂ ਸੋਨੇ ਜੇ, ਗੁੱਤਾਂ ਇਹਦੀਆਂ ਕੱਲ ਹੀ ਖੋਲਤੀਆਂ ਹੁੰਦੀ, ਕਿ ਆਪੇ ਖੋਲੀਆਂ ਇਹਨੇ, ਅੱਛਾ ਮੁਕਾ ਦੋ ਵੀ ਨਾ ਇਹ ਸਮੋਸਿਆਂ ਦੇ ਪਿਆਰ ਆ ਹਿਸਾਬ ਲੈ ਡੈਡੀ ਆ ਸਮੋਸਿਆਂ ਜੀ, ਖਾਲਾ ਵਾਹਿਗੁਰੂ ਦਾ ਨਾਂ ਲੈ, ਨਹੀਂ ਤੇ ਬੋਤਲ ਲੰਘੂ ਜਾਣੀ, ਜਿਹੜਾ ਕੱਲ ਬੋਤਲ ਮਾਰਨੇ ਭੁਆ ਗਿਆ ਨਹੀਂ ਖਾਣੇ ਨਾ ਹੋ ਜਾਂਦੇ ਜੀ। ਉੱਧਰ ਡੈਡੀ ਦੀ ਸਾਂਗ ਲੱਗਣ ਡਈ, ਬਰਾਬਰ ਬਹਿ ਕੇ ਨਾ ਸਾਂਗ ਡਈ ਲਾਉਣ, ਪੂਰੀ ਬਰਾਬਰ ਸਾਂਗ ਲਾਉਣ ਡਈ, ਲੈ ਚੀਜੀ ਵੇਖ ਲਈ ਉਹਨੇ, ਵੇਖ ਲਈ ਚੀਜੀ ਲੈ, ਉਹ ਲੈ ਫੋਨ ਸੁਣ, ਢੋ ਲਾ ਕੇ ਸੁਣਨਾ, ਦਾਦੇ ਦਾਦੇ ਲਾ ਕੇ ਬਹਿ ਕੇ, ਦਾਦੇ ਲਾ ਕੇ ਬਹਿ ਕੇ ਸੁਣੋ ਯਾਰ, ਉੱਧਰ ਚੈੱਕ ਕਰੋ ਤੇ ਉੱਧਰ ਚੈੱਕ ਕਰੋ, ਉੱਧਰ ਪੈਰ ਚੈੱਕ ਕਰੋ ਤੁਸੀਂ, ਬਰਾਬਰ ਵਾ ਵੇਖ ਲਓ, ਕਰ ਲਈ ਗੱਲ ਥੱਕ ਗਏ ਹੁਣ, ਥੱਕ ਗਏ ਜੀ ਆ ਕੇ ਸਾਹਿਬ ਹੁਣੀ ਗੱਲ ਕਰ ਲਈ, ਕਹਿੰਦੀ ਕੀ ਆਉਂਦੀ ਹੈ ਸਮੋਸਾ ਖਾਣ ਲਈ, ਅੱਛਾ ਹੈ ਨੀ ਪਾਣੀ ਤੇ ਤੂੰ ਜਾਣ ਕੇ ਨਾ ਲਿਆ ਪਾਣੀ ਦਾ, ਤੇ ਹੁਣ ਮਿਰਚ ਉੱਡ ਗਈ ਬਸ, ਮਸਤ ਹੋ ਗਈ ਉਹ, ਚੱਲ ਗਈ ਹੁਣ ਬਸ, ਆਹੋ ਇੱਦਾਂ ਇੱਦਾਂ ਕਰਦੀ ਆ ਸਮੋਸਾ ਖਾਣ ਲਈ, ਪਤਾ ਨਹੀਂ ਕਿਹੜੀ ਕਿਹੜੇ ਵਿੱਚ ਆਲੂ ਕਹਿੰਦੀ ਦੇ ਕੀ ਮੰਗਣ ਡਈ ਹੈ, ਚੱਲ ਨੇਲ ਕਟਾ ਮੰਮੀ ਆਪਣੀ ਕੋਲ, ਚੱਲ ਮੂੰਹ ਕਿੱਦਾਂ ਬਣਾਉਂਦੀ ਹੈ, ਇੰਨਾ ਇਹਨੂੰ ਪਤਾ ਲੱਗ ਗਿਆ ਨੇਲ ਕਿੱਥੇ ਹੈ, ਸਭ ਪਤਾ ਹੋਣਾ, ਵੈਰੀ ਗੁੱਡ, ਬਹੁਤ ਪਿਆਰਾ ਬੱਚਾ ਹੈ ਮੇਰਾ, ਇੱਕੋ ਕਟਾਉਣਾ ਮੈਂ ਰੰਗ, ਉੱਡ ਕੇ ਰੰਗ, ਉੱਡ ਕੇ ਰੰਗ, ਬਸ ਬਸ ਇੰਨਾ ਕੰਮ ਹੀ, ਉਹ ਲੈ ਆ ਵੇ ਕਿੱਥੇ ਬਹਿ ਗਈ, ਲੈ
ਸਿੰਡੀ ਬਗਨ ਡੇ ਕਿੱਦਾਂ ਤੁਵੇਂ ਫੋਨ ਲਾਏ ਹੁਣ ਕਰਨ ਦਾ ਮਨਿੰਦਰ ਭਾਈ ਦਾ ਫੋਨ ਆਉਣ ਡਿਆ ਜੀ ਤੇ ਉਹਨੂੰ ਨੱਚ ਕੇ ਵਿਖਾਉਣ ਡੇ ਮੈਨੂੰ ਨੱਚਣਾ ਆਉਂਦਾ ਹੈ ਕੈਨੇਡਾ ਗਏ ਨਾ ਭਾਈ ਜੀ ਮਨਿੰਦਰ ਪੈ ਲੱਤ ਚੁੱਕੇ ਜਿੱਦਾਂ ਉਹ ਤੇਰੀ ਪਲੀ ਹੈ ਜਿਵੇਂ ਕਿਤੇ ਪਈ ਹੈ ਬੱਸੀ ਪਾ ਦੋ ਹਰਗੁਣ ਜਫੀ ਵੀ ਪਾਉਂਦੀ ਹੈ।